ਇਹ ਇੱਥੇ ਇਹਦੀ ਬਦਲੀ ਨਾ ਮਤਲਬ ਵੀ ਰੁਕਵਾਈ ਗਈ ਤਾਂ ਇੱਥੇ ਫਿਰ ਪਿੰਡ ਵਾਸੀ ਇੱਥੇ ਗਊਸ਼ਾਲਾ ਬਣਾ ਦੇਣ। ਦੂਰੋਂ ਦੂਰੋਂ ਰਾਜਸਥਾਨ VIP ਅਫਸਰ ਜਾਂ ਉਹਨਾਂ ਨੂੰ ਗੋਡੇ ਚੂਲੇ ਦਾ ਆਪਰੇਸ਼ਨ ਦੂਰੋਂ ਦੂਰੋਂ ਚੱਲ ਕੇ ਕਰਾਉਣਾ। ਜਦੋਂ ਰਾਤ ਨੂੰ ਅੱਗੇ ਤਾਂ ਵੀ ਨਹੀਂ ਉਹਨਾਂ ਨੇ ਕਦੇ ਜਵਾਬ ਦਿੱਤਾ, ਦਿਨੇ ਦਾ ਜਵਾਬ ਦੇਣੇ ਕੀ ਸੀ। ਉਹ ਅੱਛੇ ਡਾਕਟਰ ਹੈਗੇ, ਉਹਨਾਂ ਦੀ ਉਪਮਾ ਵੀ ਹੈਗੀ ਹੈ ਪਿੰਡਾਂ ਦੇ ਵਿੱਚ। ਇਸੇ ਕਰਕੇ ਜਾ ਰਹੇ ਆ ਕਿ ਇੱਥੇ ਜਿਹੜਾ ਮਾਹੌਲ ਹੈ ਬਹੁਤ ਜ਼ਿਆਦਾ ਟੌਕਸਿਕ ਹੋ ਗਿਆ। ਸਟਾਫ ਦਾ ਮੈਂਬਰ ਹੈ ਅਤੇ ਜੇ ਸਾਡਾ ਹਸਪਤਾਲ ਕੋਈ ਚੰਗਾ ਸੀਗਾ ਤਾਂ ਇਹੋ ਜਿਹੇ ਡਾਕਟਰਾਂ ਦੇ ਸਿਰ 'ਤੇ ਸੀਗਾ। ਪਿੰਡ ਘੁੱਦਾ ਦੇ ਸਿਵਲ ਹਸਪਤਾਲ ਦੇ ਵਿੱਚ ਇਸ ਟਾਈਮ ਖੜ੍ਹੇ ਹਾਂ, ਜਿੱਥੇ ਕਿ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਇੱਕ ਇਕੱਠ ਕੀਤਾ ਗਿਆ। ਕੀ ਇਕੱਠ ਕਰਨਾ ਪਿਆ, ਇਹਨਾਂ ਨੂੰ ਕੀ ਵਜ੍ਹਾ ਹੈ ਇਸ ਇਕੱਠ ਕਰਨ ਦੀ, ਤਾਂ ਆਪਾਂ ਇਹਨਾਂ ਨਾਲ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਡਾਕਟਰ ਗੁਰਦੀਪ ਸਿੰਘ ਘੁੱਦਾ ਜੀ। ਗੁਰਦੀਪ ਸਿੰਘ ਜੀ, ਇਹ ਇਕੱਠ ਕਰਿਆ ਪਿੰਡ ਵਾਸੀਆਂ ਨੇ, ਕੀ ਮਾਮਲਾ ਕੀ? ਇਹ ਮਾਮਲਾ ਇਹ ਹੈ ਵੀ ਇੱਥੇ ਡਾਕਟਰ ਪ੍ਰਦੀਪ ਬਾਂਸਲ ਜੀ ਨੇ ਆਪਣੀ ਬਦਲੀ ਕਰਵਾ ਲਈ, ਕਿਉਂਕਿ ਕਈ ਲੋਕ ਮਤਲਬ ਵੀ ਹੋਰ ਵੀ ਜਿਹੜੇ ਡਾਕਟਰ ਸੀ ਉਹ ਵੀ ਬਦਲੀ ਕਰਵਾ ਕੇ ਇੱਥੋਂ ਚਲੇ ਗਏ, ਕਿਉਂਕਿ ਕਈ ਕਾਰਨ ਹੁੰਦੇ ਆ, ਉਹਨਾਂ ਨੂੰ ਆਪਣੀ ਕੋਈ ਸਮੱਸਿਆਵਾਂ ਹੋਣਗੀਆਂ ਆਪਣੇ ਸਟਾਫ ਤੋਂ, ਆਪਣੇ ਮਤਲਬ ਵੀ ਇਰਦ ਗਿਰਦ ਤੋਂ, ਕਿਉਂਕਿ ਉਹਦੇ ਵਿੱਚ ਆਪਾਂ ਨਹੀਂ ਪੈਣਾ ਚਾਹੁੰਦੇ। ਅਤੇ ਮੈਂ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਆਪੋ ਆਪਣੀਆਂ ਰਾਂਝਸਾਂ ਛੱਡ ਕੇ, ਆਪੋ ਆਪਣੇ ਮਤਲਬ ਵੀ ਆਹ ਜਿਹੜੀਆਂ ਪੋਲੀਟੀਕਲ ਗੱਲਾਂ ਨਾ ਇਹ ਛੱਡ ਕੇ ਇੱਥੇ ਡਾਕਟਰਾਂ ਨੂੰ ਰਹਿਣ ਦਿਓ। ਡਾਕਟਰ ਪ੍ਰਦੀਪ ਬਾਂਸਲ ਦੀ ਇੱਥੇ ਬਦਲੀ ਰੁਕਵਾਉਣੀ ਚਾਹੀਦੀ ਹੈ। ਮੰਗ ਸਾਡੀ ਇਹੀ ਹੈ ਵੀ ਜੇ ਇੱਥੇ ਇਹਦੀ ਬਦਲੀ ਨਾ ਮਤਲਬ ਵੀ ਰੁਕਵਾਈ ਗਈ ਤਾਂ ਇੱਥੇ ਫਿਰ ਪਿੰਡ ਵਾਸੀ ਇੱਥੇ ਗਊਸ਼ਾਲਾ ਬਣਾ ਦੇਣ, ਅਤੇ ਇੱਥੇ ਹੋਰ ਕੋਈ ਨਹੀਂ ਇੱਥੇ ਕੰਮ, ਕਿਉਂ ਅੱਜ ਐਡਾ ਵਧੀਆ ਹਸਪਤਾਲ ਚੱਲ ਰਿਹਾ ਬਹੁਤ ਵਧੀਆ ਤਰੀਕੇ ਨਾਲ, ਅਤੇ ਫਿਰ ਗਊਸ਼ਾਲਾ ਤੋਂ ਘੱਟ ਤਾਂ ਕੋਈ ਗੱਲ ਇੱਥੇ ਰਹਿਣੀ ਨਹੀਂ। ਮੇਰੀ ਇਹੀ ਮੰਗ ਹੈ ਪਿੰਡ ਵਾਸੀਆਂ ਨੂੰ ਵੀ ਇਸ ਕੰਮ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਸਟਾਫ ਨੂੰ ਰੱਖਣ। ਜੇ ਉਹਨਾਂ ਦੇ ਵਿੱਚ ਕਿਸੇ ਕੰਮ ਕਰਕੇ ਕਿਸੇ ਕਾਰਨ ਕਰਕੇ ਕੋਈ ਡਿਸਪਿਊਟ ਹੈ ਤਾਂ ਉਹਨਾਂ ਦਾ ਪੱਖ ਜਾਣ ਕੇ ਉਹ ਡਿਸਪਿਊਟ ਦੂਰ ਕੀਤਾ ਜਾਵੇ, ਫਿਰ ਇਹ ਬੇਨਤੀ ਹੈ। ਡਿਸਪਿਊਟ ਕਾਰਨ ਬਦਲੀ ਕਰਵਾਈ ਗਈ ਉਹਨਾਂ ਨੇ? ਡਿਸਪਿਊਟ ਆਪਣੇ ਸਟਾਫ ਨੂੰ ਸਮਝ ਕੇ ਮਤਲਬ ਵੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਵੀ ਹੋਈ ਹੈ ਵੀ ਉਹ ਕੋਈ ਕਾਰਨ ਹੈਗਾ ਵੀ ਜਿਹੜਾ ਕਿ ਉਹਨਾਂ ਨੇ ਮਤਲਬ ਬਦਲੀ ਕਰਵਾਈ ਹੈ, ਅਤੇ ਉਹ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਦੀ ਬਦਲੀ ਹੋਣੀ ਚਾਹੀਦੀ ਹੈ। ਅਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਉਹਨਾਂ ਨੂੰ ਉਹਨਾਂ ਤੋਂ ਲੱਗਦੇ ਆ ਜਾਂ ਉਹਨਾਂ ਤੋਂ ਰਾਂਝਿਸ਼ ਕਰਦੇ ਆ ਉਹ ਆਪਦੀ ਬਦਲੀ ਕਰਵਾ ਲੈਣ, ਜਾਂ ਉਹ ਜਿਹੜੇ ਬੰਦੇ ਉਹਨਾਂ ਤੋਂ ਮਤਲਬ ਨਫ਼ਰਤ ਕਰਦੇ ਆ ਨਾ ਉਹਨਾਂ ਨੂੰ ਮਤਲਬ ਅਪਰੋਚ ਕਰਨ। ਮੈਂ ਇਹ ਬੇਨਤੀ ਕਰਦਾ ਸਾਰੇ ਪਿੰਡ ਵਾਸੀਆਂ ਨੂੰ ਵੀ ਪਿੰਡ ਵਾਸੀਓ, ਆਪਾਂ ਨੂੰ ਡਾਕਟਰ ਦੀ ਲੋੜ ਹੈ, ਬੜੀ ਦੂਰੋਂ ਦੂਰੋਂ ਆਪਣੇ ਇੱਥੇ ਇਲਾਜ ਕਰਾਉਣ ਵਾਸਤੇ ਆਉਂਦੇ ਨੇ। ਪੰਜਾਬ, ਹਰਿਆਣਾ, ਰਾਜਸਥਾਨ, ਪੰਜਾਬ ਦਾ ਕੋਈ ਇਹੋ ਜਿਹਾ ਜ਼ਿਲ੍ਹਾ ਨਹੀਂ ਵੀ ਜਿੱਥੇ ਇੱਥੇ ਮਤਲਬ ਵੀ ਇਲਾਜ ਨਹੀਂ ਕਰਾਉਣ ਵਾਸਤੇ ਆਉਂਦੇ। ਮੈਂ ਇਹ ਕਹਿਣਾ ਵੀ ਉਹ ਲੋਕਾਂ ਦਾ ਕੀ ਬਣੂ ਆ, ਅੱਜ ਇਹ ਤਾਂ ਬਦਲੀ ਕਰਵਾ ਕੇ ਚਲੇ ਜਾਣਗੇ, ਸਾਡੇ ਬਾਕੀ ਜਿਹੜੇ ਹੋਰ ਹੈ ਜਿਹੜੇ ਕਿ ਮਰੀਜ਼ ਹੈ ਉਹਨਾਂ ਦਾ ਕਿੱਡਾ ਵੱਡਾ ਨੁਕਸਾਨ ਹੁੰਦਾ, ਸਾਡਾ ਪਿੰਡ ਵਾਸੀਆਂ ਦਾ ਕਿੱਡਾ ਵੱਡਾ ਨੁਕਸਾਨ ਹੁੰਦਾ। ਪਿੰਡ ਵਾਸੀਆਂ ਨੂੰ ਆਪਦੀ ਰਾਂਝੇ ਛੱਡ ਕੇ, ਆਪਦੀ ਈਗੋ ਛੱਡ ਕੇ ਉਹਨਾਂ ਨੂੰ ਇੱਥੇ ਮਤਲਬ ਵੀ ਉਹਨਾਂ ਦੀ ਬਦਲੀ ਰੁਕਵਾਈ ਜਾਵੇ ਅਤੇ ਇੱਥੇ ਮਤਲਬ ਵੀ ਉਹਨਾਂ ਨੂੰ ਰਹਿਣ ਦਿੱਤਾ ਜਾਵੇ, ਮੇਰੀ ਇਹੀ ਮੰਗ ਹੈ ਜੀ। ਕੁਛ ਹੋਰ ਵੀ ਬਾਈ ਜੀ, ਕੀ ਨਾਮ ਕੀ ਆ? ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ ਜੀ, ਅੱਜ ਤੁਸੀਂ ਇਕੱਠ ਕਰਿਆ, ਕੀ ਮਾਮਲਾ ਕੀ ਆ? ਇਹ ਇਕੱਠ ਕਰਨ ਦਾ ਮਤਲਬ ਤਾਂ ਸਿਰਫ ਇਹ ਸੀ ਕਿ ਡਾਕਟਰ ਪ੍ਰਦੀਪ ਬਾਂਸਲ ਜੀ ਦੀ ਬਦਲੀ ਹੋ ਗਈ ਹੈ। ਉਹ ਅੱਛੇ ਡਾਕਟਰ ਹੈਗੇ, ਉਹਨਾਂ ਦੀ ਉਪਮਾ ਵੀ ਹੈਗੀ ਹੈ ਪਿੰਡਾਂ ਦੇ ਵਿੱਚ ਕਿ ਉਹ ਮਰੀਜ਼ਾਂ ਨਾਲ ਵਧੀਆ ਡੀਲ ਕਰਦੇ ਆ। ਉਹਨਾਂ ਦੀ ਬਦਲੀ ਹੋਣ ਤੋਂ ਦੁਖੀ ਹੋਏ ਲੋਕਾਂ ਨੇ ਇਹ ਇਕੱਠ ਕਰਿਆ ਸੀ, ਪਰ ਇੱਥੇ ਆ ਕੇ ਜਿਹੜੀ ਤਸਵੀਰ ਬਣਦੀ ਹੈ
ਸਾਡੇ ਲੋਕ ਵੀ ਹਸਪਤਾਲ ਦਾ ਸਟਾਫ ਵੀ ਹਿੱਸਿਆਂ 'ਚ ਵੰਡੇ ਗਏ। ਕੋਈ ਕਿਸੇ ਢੰਗ ਨਾਲ ਇੱਥੇ ਜਿਹੜਾ ਸਾਡੇ ਸਮਾਜ ਨੂੰ ਇੱਕ ਘੁਣ ਲੱਗ ਚੁੱਕਿਆ ਭ੍ਰਿਸ਼ਟਾਚਾਰ ਦਾ, ਉਹਦਾ ਬੋਲਬਾਲਾ ਜਿਹੜਾ ਇੱਥੇ ਸਪਸ਼ਟ ਸਾਫ਼ ਨਜ਼ਰ ਆਉਂਦਾ। ਬਾਹਰ ਤੋਂ ਜਿਹੜਾ ਦਖਲ ਅੰਦਾਜ਼ੀ ਆ ਹਸਪਤਾਲ ਦੇ ਵਿੱਚ ਉਹ ਸਾਫ਼ ਨਜ਼ਰ ਆਈ ਹੈ। ਮੈਂ ਕਦੇ ਅੱਜ ਤੋਂ ਪਹਿਲਾਂ ਇੱਥੇ ਹਸਪਤਾਲ ਦੇ ਵਿੱਚ ਨਹੀਂ ਆਇਆ। ਅੱਜ ਮੇਰਾ ਬੁਲਾਉਣ 'ਤੇ ਕਿਸ ਮੰਗ ਨੂੰ ਲੈ ਕੇ ਤੁਸੀਂ ਇਕੱਠੇ ਹੋਏ ਇੱਥੇ? ਮੈਂ ਅੱਜ ਬੁਲਾਉਣ 'ਤੇ ਸਿਰਫ ਆਇਆ ਸੀ, ਮੈਨੂੰ ਇੱਥੇ ਆ ਕੇ ਇਸ ਗੱਲ ਦਾ ਪਤਾ ਲੱਗਿਆ। ਅਤੇ ਹੁਣ ਮੰਗ ਤਾਂ ਇਹੀ ਬਣਦੀ ਹੈ ਵੀ ਡਾਕਟਰ ਸਾਹਿਬ ਸਾਡੇ ਕੋਲੋਂ ਪ੍ਰਦੀਪ ਬਾਂਸਲ ਜੀ ਨਹੀਂ ਜਾਣੇ ਚਾਹੀਦੇ। ਪਰ ਗੱਲ ਇਹ ਹੈ ਵੀ ਆਹ ਜਿਹੜਾ ਪਿੰਡ ਵਾਲੇ ਲੋਕਾਂ ਦਾ ਆਪਸ ਮੇਂ ਗਰੁੱਪਾਂ ਵਿੱਚ ਵੰਡਿਆ ਜਾਣਾ, ਇਹ ਕਿੱਡਾ ਨੁਕਸਾਨਦੇਹ ਆ। ਇਹ ਇਕੱਲਾ ਇੱਥੇ ਨਹੀਂ, ਇੱਧਰੋਂ ਹਸਪਤਾਲ ਦੇ ਅੰਦਰ ਵੀ ਉਹ ਗਰੁੱਪ ਨੇ। ਮੰਨਦੇ ਹੋ ਵੀ ਹਸਪਤਾਲ ਦੇ ਵਿੱਚ ਦੁਪਾੜਾ ਪਾਰਟੀਬਾਜ਼ੀ ਚੱਲ ਰਹੀ ਆ? ਮੈਂ ਕਹਿੰਦਾ ਹਰ ਜਿਹੜੀ ਘਟਨਾ ਉਹਦੇ ਅੰਤਰਮੁਖੀ ਅਤੇ ਬਾਹਰਮੁਖੀ ਪ੍ਰਭਾਵ ਹੁੰਦੇ ਆ, ਅੰਦਰੋਂ ਵੀ ਅਤੇ ਬਾਹਰੋਂ ਵੀ। ਇਹ ਜਿਹੜੇ ਗਰੁੱਪਬਾਜ਼ੀ ਹੈਗੀ ਆ ਇਹ ਸਾਨੂੰ ਬਹੁਤ ਵੱਡਾ ਨੁਕਸਾਨ ਦੇਊਗੀ। ਜਿਵੇਂ ਡਾਕਟਰ ਗੁਰਦੀਪ ਸਿੰਘ ਨੇ ਕਿਹਾ, ਫਿਰ ਹਸਪਤਾਲ ਨਹੀਂ ਰਹਿ ਜੂਗਾ, ਪਸ਼ੂਆਂ ਦਾ ਬਾੜਾ। ਇਹ ਮੈਨੂੰ ਐਂ ਲੱਗਦਾ ਪੂਰੇ ਪੰਜਾਬ ਦੇ ਵਿੱਚ ਜੇ ਤੁਸੀਂ ਹਸਪਤਾਲਾਂ ਦੀ ਗਿਣਤੀ ਕਰੋ ਜਿੱਥੇ ਡਾਕਟਰ ਵਧੀਆ ਇਲਾਜ ਕਰਦੇ ਹੋਣ, ਗਏ ਮਰੀਜ਼ ਦੀ ਗੱਲ ਸੁਣੀ ਜਾਂਦੀ ਹੋਵੇ, ਉਹ ਬਹੁਤ ਹੀ ਗਿਣਤੀ ਦੇ ਥੋੜ੍ਹੇ ਹੀ ਹੋਣਗੇ। ਅਤੇ ਜੇ ਸਾਡਾ ਹਸਪਤਾਲ ਕੋਈ ਚੰਗਾ ਸੀਗਾ ਤਾਂ ਇਹੋ ਜਿਹੇ ਡਾਕਟਰਾਂ ਦੇ ਸਿਰ 'ਤੇ ਸੀਗਾ, ਅਤੇ ਜੇ ਇਹ ਵੀ ਚਲੇ ਗਏ ਤਾਂ ਹਸਪਤਾਲ ਉਹ ਨਹੀਂ ਰਹਿ ਜੂਗਾ, ਤਾਂ ਫਿਰ ਉਹ ਸੱਚ ਹੋ ਜੂਗੀ ਇਹਨਾਂ ਦੀ ਗੱਲ। ਇਸ ਕਰਕੇ ਇਹ ਜਿਹੜਾ ਲੋਕਾਂ ਦੇ ਵਿੱਚ ਹਸਪਤਾਲ ਦੇ ਸਟਾਫ ਦੇ ਵਿੱਚ ਇਹ ਫਰੈਕਸ਼ਨ ਨਹੀਂ ਹੋਣੀ ਚਾਹੀਦੀ, ਅਤੇ ਡਾਕਟਰ ਜਿਹੜਾ ਕਾਬਲ ਹੈਗਾ ਪ੍ਰਦੀਪ ਕੁਮਾਰ ਜੀ ਉਹ ਸਾਡੇ ਇੱਥੇ ਆ ਜਾਣੇ ਚਾਹੀਦੇ ਆ ਜੀ। ਸਾਡੇ ਨਾਲ ਹੋਰ ਵੀ ਕੁਛ ਪਿੰਡ ਵਾਸੀ ਮੌਜੂਦ ਹਨ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਬਾਈ ਜੀ, ਅੱਜ ਤੁਸੀਂ ਇਕੱਠ ਕਰਿਆ ਸਿਵਲ ਹਸਪਤਾਲ ਘੁੱਦਾ ਦੇ ਵਿੱਚ, ਕੀ ਕਾਰਨ ਕੀ ਆ? ਕਾਰਨ ਤਾਂ ਜੀ ਸਾਡੇ ਇੱਥੇ ਡਾਕਟਰ ਸੀ ਪ੍ਰਦੀਪ ਬਾਂਸਲ ਅਰਥੋਂ ਦਾ, ਉਹਨਾਂ ਦੀ ਬਦਲੀ ਹੋ ਗਈ ਅਤੇ ਬਦਲੀ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਤਕਲੀਫ ਹੈ, ਇਹਦੇ ਵਿੱਚ ਆਸੇ ਪਾਸੇ ਇਲਾਕੇ ਨੂੰ ਤਕਲੀਫ ਹੈ ਵੀ ਬਹੁਤ ਵਧੀਆ ਡਾਕਟਰ ਸੀ ਜਿਹਦੀ 400 OPD ਸੀਗੀ ਅਤੇ ਉਹਦੇ ਸੰਬੰਧ 'ਚ ਅਸੀਂ ਇੱਥੇ ਇਕੱਠੇ ਹੋਏ ਹਾਂ। ਕੀ ਮੰਗ ਕਰਦੇ ਹੋ? ਮੰਗ ਤਾਂ ਅਸੀਂ ਕਰਦੇ ਵੀ ਡਾਕਟਰ ਪ੍ਰਦੀਪ ਨੂੰ ਇੱਥੇ ਵਾਪਸ ਲਿਆਂਦਾ ਜਾਵੇ, ਆਹੀ ਮੰਗ ਹੈ। ਸਰਕਾਰ ਤੋਂ ਵੀ ਇਹੀ ਮੰਗ ਹੈ ਮੌਕੇ 'ਤੇ ਵੀ ਡਾਕਟਰ ਪ੍ਰਦੀਪ ਨੂੰ ਇੱਥੇ ਸਾਰੇ ਦਾ ਇਕੱਲਾ ਡਾਕਟਰ ਪ੍ਰਦੀਪ ਨੂੰ ਤਾਂ ਲਿਆਂਦਾ ਹੀ ਜਾਵੇ ਅਤੇ ਬਾਕੀ ਜਿਹੜਾ ਸਟਾਫ ਆ ਉਹਨੂੰ ਪੂਰਾ ਕੀਤਾ ਜਾਵੇ। ਜੇਕਰ ਤੁਹਾਡੀ ਕੋਈ ਮੰਗ ਮਹਿਕਮੇ ਵੱਲੋਂ, ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ ਨਹੀਂ ਮੰਨੀ ਜਾਂਦੀ, ਅਗਲਾ ਨਹੀਂ ਮੰਨੀ ਜਾਂਦੀ, ਕੋਈ ਅਗਲਾ ਫਿਰ ਰਾਹ ਹੋਰ ਵੇਖਾਂਗੇ, ਨਹੀਂ ਮੰਨੀ ਜਾਂਦੀ। ਤਾਂ ਪਿੰਡ ਦੇ ਹੋਰ ਵੀ, ਹਾਂਜੀ ਬਾਈ ਜੀ, ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਹਰਪਾਲ ਸਿੰਘ ਹੈ। ਹਰਪਾਲ ਜੀ, ਕੀ ਅੱਜ ਮਾਮਲਾ ਕੀ ਹੋਇਆ ਤੁਸੀਂ ਸਿਵਲ ਹਸਪਤਾਲ ਘੁੱਦਾ ਦੇ ਵਿੱਚ ਕੱਟ ਕੀਤਾ? ਮਾਮਲਾ ਜੀ, ਡਾਕਟਰ ਪ੍ਰਦੀਪ ਬਾਂਸਲ ਸੀਗੇ, ਉਹਨਾਂ ਦੀ ਬਦਲੀ ਹੋ ਗਈ, ਉਹ ਬਠਿੰਡਾ ਸਿਵਲ ਹਸਪਤਾਲ ਚਲੇ ਗਏ ਅਤੇ ਉਹ ਨੇੜੇ ਤੇੜੇ ਦੇ ਇਲਾਕੇ ਦੇ ਲੋਕਾਂ ਨੂੰ ਜਾਂ ਪਿੰਡਾਂ ਦੇ ਵਿੱਚ ਆਮ ਆਪਣਾ ਵੀ ਛੋਟਾ ਵਰਗ ਜਾਂ ਗਰੀਬ ਵਰਗ ਹੀ ਹੁੰਦਾ, ਉਹਨਾਂ ਨੂੰ ਮੰਨ ਲਓ ਬਹੁਤ ਸਹੂਲਤ ਸੀਗੀ ਵੀ ਉਹਨਾਂ ਨੂੰ ਇੱਥੇ ਆਉਣਾ ਪਿੰਡ ਦੇ ਸੌਖਾ ਸੀਗਾ, ਸ਼ਹਿਰ ਦੇ ਵਿੱਚ ਰਸ ਦੇ ਵਿੱਚ ਜਾਣਾ ਵੀ ਤਕਲੀਫ ਹੁੰਦੀ ਹੈ ਹਰੇਕ ਬੰਦੇ ਨੂੰ। ਸਾਡੇ ਆਪਣੇ ਘੁੱਦੇ ਪਿੰਡ ਨੂੰ ਵੀ ਪੂਰਾ ਉਹਨਾਂ ਦਾ ਵੀ ਫਾਇਦਾ ਸੀਗਾ, ਸਾਰੇ ਪਿੰਡ ਵਾਸੀਆਂ ਦੇ ਇਸ ਗੱਲ 'ਤੇ ਇਕੱਠ ਕੀਤਾ ਵੀ ਡਾਕਟਰ ਸਾਹਿਬ ਨੂੰ ਬੇਨਤੀ ਕਰੀਏ, ਸਰਕਾਰ ਨੂੰ ਵੀ ਇਹ ਗੱਲ ਆਖ ਗਏ ਵੀ ਉਹਨਾਂ ਨੂੰ ਦੁਬਾਰੇ ਇਸੇ ਘੁੱਦੇ ਹਸਪਤਾਲ ਦੇ ਵਿੱਚ ਲੈ ਕੇ ਆ ਗਏ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ। ਉਹਨਾਂ ਦੀ ਡੇਲੀ ਦੀ ਘੱਟੋ ਘੱਟ 100-150 ਦੀ OPD ਸੀਗੀ, ਦੂਰੋਂ ਦੂਰੋਂ ਰਾਜਸਥਾਨ BIP ਅਫਸਰ ਜਾਂ ਉਹਨਾਂ ਤੋਂ ਗੋਡੇ ਚੂਲੇ ਦਾ ਆਪਰੇਸ਼ਨ ਦੂਰੋਂ ਦੂਰੋਂ ਚੱਲ ਕੇ ਕਰਾਉਣਾ ਤਾਂ ਕੁਛ। ਹਾਂਜੀ ਕਾਕਾ ਜੀ, ਤੁਸੀਂ ਅੱਜ ਇੱਥੇ ਆਏ ਹੋ, ਇਕੱਠ ਕੀਤਾ ਸਿਵਲ ਹਸਪਤਾਲ ਘੁੱਦਾ ਦੇ ਵਿੱਚ, ਕੀ ਮਾਮਲਾ ਕੀ ਆ? ਇਹ ਮਾਮਲਾ ਆਪਣਾ ਡਾਕਟਰ ਪ੍ਰਦੀਪ ਬਾਂਸਲ ਦੀ ਇੱਥੇ ਬਦਲੀ ਹੋ ਚੁੱਕੀ ਸੀ, ਉਸ ਦੇ ਮੰਨ ਚਲੋ ਅਸੀਂ ਗੱਲਬਾਤ ਕਰਨ ਆਏ ਸੀਗੇ, ਸਾਨੂੰ ਪਤਾ ਲੱਗਿਆ ਵੀ ਅੱਜ ਆਹ ਗੱਲ ਹੋ ਗਈ ਵੀ ਡਾਕਟਰ ਸਾਹਿਬ ਦੀ ਇੱਥੋਂ ਬਦਲੀ ਹੋ ਚੁੱਕੀ ਹੈ। ਅਸੀਂ ਹੋਰ ਤਾਂ ਗੱਲਾਂ 'ਤੇ ਜ਼ਿਆਦਾ ਨਹੀਂ ਕੁਛ ਕਹਿ ਸਕਦੇ, ਨਾ ਹੀ ਪਤਾ ਸਾਨੂੰ ਜੀ, ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ, ਅਸੀਂ ਮੈਂ ਵੀ ਖੁਦ ਡਿਊਟੀ ਕਰਦਾ ਜੀ। ਪਰ ਡਿਊਟੀ ਕਿੱਥੇ? ਮੈਂ ਡਾਕਟਰ ਵੈਟ ਇੰਸਪੈਕਟਰ, ਮੈਂ ਆਪਣੀ ਸਿਵਲ ਹਸਪਤਾਲ ਸੰਗਤ ਦੇ ਵਿੱਚ ਮੇਰੀ ਇੱਥੇ ਡਿਊਟੀ ਹੈ ਜੀ। ਅੱਜ ਤੁਸੀਂ ਇੱਥੇ ਕਿਵੇਂ?
ਅਸੀਂ ਅੱਜ ਪਹੁੰਚੇ ਹਾਂ ਵੀ ਸਾਡੇ ਪਿੰਡ ਦੇ ਵਿੱਚ ਜੇ ਕੋਈ ਬਹੁਤ ਚੰਗਾ ਡਾਕਟਰ ਆਇਆ ਹੋਇਆ ਆਪਣਾ ਹਸਪਤਾਲ, ਜਿਹਨੂੰ ਬਹੁਤ ਤਰੱਕੀ 'ਤੇ ਲੈ ਗਿਆ ਆਪਣੇ ਹਸਪਤਾਲ ਨੂੰ ਜੀ, ਅੱਜ ਉਹ ਇੱਥੋਂ ਜਾ ਰਹੇ ਆ, ਉਹ ਜਾ ਰਹੇ ਕਿਸੇ ਹੋਰ ਕਾਰਨ ਕਰਕੇ, ਉਹਨਾਂ ਨੂੰ ਕਿਤੇ ਸ਼ਿਫਟ ਹੋਣਾ, ਉਹ ਕਿਤੇ ਦੂਰ ਜਾ ਰਹੇ ਆ, ਫਿਰ ਤਾਂ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਦੂਰ ਪੈਂਦਾ ਸੀਗਾ, ਪਰ ਉਹਨਾਂ ਨੂੰ ਦੂਰ ਪੈਣ ਦੀ ਗੱਲ ਨਹੀਂ ਹੈਗੀ, ਉਹ ਇਸੇ ਕਰਕੇ ਜਾ ਰਹੇ ਆ ਕਿ ਇੱਥੇ ਜਿਹੜਾ ਮਾਹੌਲ ਹੈ ਬਹੁਤ ਜ਼ਿਆਦਾ ਟੌਕਸਿਕ ਹੋ ਗਿਆ, ਜਿਹੜਾ ਸਟਾਫ ਹੈ ਉਹਦੇ ਵਿੱਚ ਤਣਾਅ ਬਣ ਗਿਆ, ਤਾਂ ਕਰਕੇ ਉਹ ਇੱਥੋਂ ਜਾ ਰਹੇ ਆ, ਪਰ ਇੰਨੀਆਂ ਜ਼ਿਆਦਾ ਵਧੀਆ ਸੇਵਾਵਾਂ ਦੇ ਕੇ ਇੱਥੇ ਡਾਕਟਰ ਸਾਹਿਬ ਜਾ ਰਹੇ ਆ। ਮੈਂ ਖੁਦ ਇਹ ਗੱਲ ਦੇਖੀ ਹੈ, ਮੇਰੇ ਯਾਰ ਦੋਸਤ ਦਾ ਐਕਸੀਡੈਂਟ ਹੋਇਆ, ਇੱਥੇ ਪਹੁੰਚੇ ਹੈ, ਰਾਤ ਦੇ ਟਾਈਮ ਵੀ ਡਾਕਟਰ ਸਾਹਿਬ ਬਹੁਤ ਖੜ੍ਹੇ ਰਹੇ ਆ, ਡਿਊਟੀ ਤੋਂ ਚਾਰ ਚਾਰ ਪੰਜ ਪੰਜ ਘੰਟੇ ਬਾਅਦ ਵੀ ਉਹ ਖੜ੍ਹੇ ਆ, ਤਾਂ ਉਹਨਾਂ ਨੇ ਕਿਸੇ ਤੋਂ 1 ਰੁਪਈਆ ਤੱਕ ਨਹੀਂ ਲਿਆ। ਇਹ ਮੈਂ ਬਹੁਤ ਵਾਰ ਦੇਖ ਲਿਆ ਸਾਡੇ ਰਿਸ਼ਤੇਦਾਰੀ ਦੇ ਵਿੱਚ ਕਿੰਨੇ ਇੱਥੇ ਇਲਾਜ ਕਰਵਾ ਲਏ ਆ। ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਡਾਕਟਰ ਸਾਹਿਬ ਨੂੰ ਇੱਥੇ ਦੁਬਾਰਾ ਲਿਆਂਦਾ ਜਾਵੇ, ਅਤੇ ਜੋ ਵੀ ਇੱਥੇ ਮਾਹੌਲ ਇੰਨਾ ਟੌਕਸਿਕ ਹੋਇਆ ਪਿਆ ਤਾਂ ਉਹਦਾ ਕੋਈ ਹੱਲ ਕੱਢਿਆ ਜਾਵੇ ਜੀ। ਮੇਰਾ ਨਾਮ ਹੈ ਜੀ ਕੁਲਵਿੰਦਰ ਸਿੰਘ ਢਿੱਲੋਂ। ਕੁਲਵਿੰਦਰ ਸਿੰਘ ਜੀ, ਅੱਜ ਤੁਸੀਂ ਇੱਥੇ ਸਰਕਾਰੀ ਹਸਪਤਾਲ ਘੁੱਦਾ ਦੇ ਵਿੱਚ ਇਕੱਠ ਕੀਤਾ ਸੀ ਪਿੰਡ ਵਾਸੀਆਂ ਨੇ, ਕੀ ਮਾਮਲਾ ਸੀ? ਮਾਮਲਾ ਜੀ, ਸਾਡੇ ਡਾਕਟਰ ਪ੍ਰਦੀਪ ਬਾਂਸਲ ਸੀਗੇ ਜੀ, ਉਹ ਉੱਥੋਂ ਟ੍ਰਾਂਸਫਰ ਕਰਾ ਕੇ ਚਲੇ ਗਏ। ਆਰਥੋ ਦੇ ਡਾਕਟਰ ਸੀ, ਬਹੁਤ ਚੰਗੇ, 3 ਸਨਿਟਾਂ ਦੇ ਪੇਸ਼ੈਂਟ ਆਉਂਦੇ ਸੀਗੇ ਜੀ। ਇਹ ਪਹਿਲਾਂ ਹਸਪਤਾਲ ਬਿਲਕੁਲ 30-40 OPD ਹੁੰਦੀਆਂ ਸੀਗੀਆਂ, ਜੇ ਉਹਦੇ ਡਾਕਟਰ ਸਾਹਿਬ ਇੱਥੇ ਆਏ ਆ 400 OPD ਆਉਣ ਲੱਗ ਗਈ, ਅਤੇ ਤਾਂ ਕਿ ਉਹਦੀ ਹੋ ਗਈ ਬਦਲੀ ਜੀ। ਹੁਣ ਇਹਦਾ ਕਰਕੇ ਅੱਜ ਪਿੰਡ ਦਾ ਇਕੱਠ ਰੱਖਿਆ ਸੀ ਵੀ ਆਪਾਂ ਡਾਕਟਰ ਸਾਹਿਬ ਨੂੰ ਦੁਬਾਰੇ ਬੇਨਤੀ ਕਰੀਏ ਅਤੇ ਆਪਾਂ ਸਰਕਾਰ ਤੋਂ ਮੰਗ ਕਰੀਏ ਵੀ ਆਪਾਂ ਆਪਦੇ ਡਾਕਟਰ ਸਾਹਿਬ ਨੂੰ ਦੁਬਾਰੇ ਇੱਥੇ ਲੈ ਕੇ ਆਈਏ। ਜੇ ਸਰਕਾਰ ਜਾਂ ਵਿਭਾਗ ਵੱਲੋਂ ਡਾਕਟਰ ਦੀ ਦੁਬਾਰਾ ਡਾਕਟਰ ਦੀ ਇੱਥੇ ਤਾਇਨਾਤੀ ਨਹੀਂ ਕੀਤੀ ਜਾਂਦੀ ਤਾਂ ਤੁਹਾਡਾ ਪਿੰਡ ਵਾਲਿਆਂ ਦਾ ਅਗਲਾ ਕੀ? ਸਾਡਾ ਤਾਂ ਜੀ ਇਹੀ ਹੈ ਵੀ ਜਿਹੜੀ 400 OPD ਆ, ਤੁਸੀਂ ਦੇਖਿਓ 10 ਦਿਨ ਦੇ ਵਿੱਚ 30-40 ਤੇ ਰਹਿ ਜੂਗੀ ਜੀ। ਉਸ ਤੋਂ ਬਾਅਦ ਹਸਪਤਾਲ ਖੰਡਰ ਬਣ ਜੂਗਾ, ਜਿੰਦਾ ਲੱਗ ਜੂਗਾ ਅਸੇ ਨੂੰ, ਉਹੀ ਡਾਕਟਰ ਸੀ ਜਿਹਦੀ OPD ਸੀ, ਤੁਸੀਂ ਚੈੱਕ ਕਰਵਾ ਲਓ, ਤੁਸੀਂ ਖੁਦ ਪੱਤਰਕਾਰ ਹੋ, ਜਾ ਕੇ ਚੈੱਕ ਕਰ ਲਓ, ਸਾਰਾ ਰਿਕਾਰਡ ਚੈੱਕ ਕਰ ਲਓ। ਜੇ 400 OPD 'ਚੋਂ 350 ਇਕੱਲੇ ਡਾਕਟਰ ਪ੍ਰਦੀਪ ਦੀ ਸੀ, ਜਿਹੜੀ ਕਿ ਉਹ ਪਰਚੀ ਬਣਦੀ ਸੀ, ਰਾਤ ਨੂੰ ਐਮਰਜੈਂਸੀ ਟਾਈਮ 'ਚ ਜਦੋਂ ਉਹਨਾਂ ਦੀ ਐਮਰਜੈਂਸੀ ਡਿਊਟੀ ਸੀ ਉਦੋਂ ਫ੍ਰੀ ਦਿੰਦੇ ਸੀਗੇ ਰਾਤ ਨੂੰ, ਕਿਸੇ ਤੋਂ ਬੰਦੇ ਦੇ ਰਵਾਦਾਰ ਨਹੀਂ ਹੋ, ਕਿਸੇ ਚਾਹ ਦੇ ਕੱਪ ਦੇ ਵੀ। ਜੇਕਰ ਉਹ ਇੱਥੋਂ ਬਦਲੀ ਕਰਕੇ ਚਲੇ ਗਏ, ਤੁਹਾਡੇ ਕੋਲ 20 ਦਿਨਾਂ 'ਚ ਜਿੰਦਾ ਲੱਗ ਜੂ ਜੀ ਹੋਸਪਿਟਲ, ਉਦੋਂ ਬਾਅਦ ਇੱਥੇ ਕੋਈ ਮਰੀਜ਼ ਨਹੀਂ ਆਊਗਾ ਤੁਹਾਡੇ ਸਾਹਮਣੇ ਹੈ ਜੀ, ਆਹ ਗੱਲਾਂ ਮੇਰੇ ਪ੍ਰੂਫ ਰੱਖ ਲਿਓ ਕੋਲੇ ਜਿੰਨਾ ਗੱਲ ਹੋਵੇ। ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਤਾਂ ਬੇਨਤੀ ਕਰਦੇ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਵੀ ਸਾਡੇ ਡਾਕਟਰ ਸਾਹਿਬ ਨੂੰ ਦੁਬਾਰੇ ਇੱਥੇ ਲਿਆਂਦਾ ਜਾਵੇ, ਅਤੇ ਜੋ ਚੰਗਾ ਸਟਾਫ ਹੈ ਜੀ ਉਹ ਇੱਥੇ ਆਵੇ, ਜਿਹੜੇ ਬੰਦੇ ਕੁਛ ਨੂੰ ਪਰੇਸ਼ਾਨ ਕਰਦੇ ਆ ਜਾਂ ਉਹ ਉਹਨਾਂ ਨੇ ਤਕਲੀਫ ਦੱਸੀ ਹੈ ਪਿੰਡ ਦੇ ਮੋਹਤਵਰ ਬੰਦਿਆਂ ਨੂੰ, ਉਹ ਬੰਦਿਆਂ ਦੀ ਇੱਥੋਂ ਬਦਲੀ ਹੋ ਜੀ, ਬਸ ਜਿੰਨਾ ਕਰਕੇ ਜੀ ਮਿੰਡ 'ਚ ਰੌਲਾ ਪੈਂਦਾ ਜੀ, ਸਾਡੀ ਤਾਂ ਜੀ ਇਹੀ ਬੇਨਤੀ। ਮੇਰਾ ਰਜਿੰਦਰ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਅੱਜ ਤੁਸੀਂ ਇਕੱਠ ਕਰਿਆ ਸਿਵਲ ਹਸਪਤਾਲ ਘੁੱਦਾ ਦੇ ਵਿੱਚ, ਕੀ ਮਾਮਲਾ ਕੀ ਆ? ਮਾਮਲਾ ਜੀ, ਇੱਥੇ ਕੁਛ ਡਾਕਟਰ ਪ੍ਰਦੀਪ ਬਾਂਸਲ ਆ, ਆਰਥੋ ਦੇ ਡਾਕਟਰ ਆ, ਉਹਨਾਂ ਦੀ ਕੋਈ ਬਦਲੀ ਕੁਛ ਕਾਰਨਾਂ ਕਰਕੇ ਬਦਲੀ, ਪਤਾ ਨਹੀਂ ਕੀ ਕਹਿ ਰਹੇ ਵੀ ਕਿਸੇ ਨੇ ਉਹਨੇ ਕਰਵਾਤੀ ਉਹਨੇ ਕਰਵਾਤੀ ਪਿੰਡ ਵਿੱਚ ਆਪਸ ਵਿੱਚ, ਅਤੇ ਡਾਕਟਰਾਂ ਦੀ ਟਸਲਬਾਜ਼ੀ, 1-2 ਬਾਹਰੀ ਡਾਕਟਰ ਅਤੇ ਹੋਰ ਆਪਸ ਵਿੱਚ ਸਟਾਫ ਦਾ ਮਿਲਵਰਤਨ ਨਾ ਹੋਣ ਕਰਕੇ ਇੱਥੋਂ ਤੱਕ ਉਹਨਾਂ ਦੀ ਬਦਲੀ ਦਾ ਕਾਰਨ ਮੇਨ ਜ਼ਿਆਦਾ ਸਾਨੂੰ ਜਿਹੜਾ ਲੱਗਿਆ ਉਹਨਾਂ ਦਾ ਮੇਨ ਕਾਰਨ ਵੀ ਉਹ ਕਹਿੰਦੇ ਅਸੀਂ ਇਹ ਝਗੜੇ ਤੋਂ ਪਾਸੇ ਲੈਣਾ ਚਾਹੁੰਦੇ ਹਾਂ। ਕੀ ਮੰਗ ਕਰਦੇ ਪਿੰਡ? ਅਸੀਂ ਮੰਗ ਕਰਦੇ ਜੀ, ਇੰਨਾ ਵਧੀਆ ਬਾਦਲ ਸਾਹਿਬ ਨੇ ਸਾਨੂੰ ਇੱਕ ਐਡੀ ਵੱਡੀ ਦੇਣ ਦਿੱਤੀ ਹੋਸਪਿਟਲ, ਸਾਡਾ ਘਰੇ ਬੈਠਿਆਂ ਦਾ ਇਲਾਜ ਹੁੰਦਾ, ਜਦੋਂ ਆਉਣਿਆ ਸਿਰ ਮੱਥੇ ਹਰ ਇੱਕ ਨੂੰ ਡਾਕਟਰ ਪ੍ਰਦੀਪ ਖਿੜੇ ਮੱਥੇ ਮਿਲਦੇ ਆ, ਜਦੋਂ ਰਾਤ ਨੂੰ ਅੱਗੇ ਤਾਂ ਵੀ ਨਹੀਂ ਉਹਨਾਂ ਨੇ ਕਦੇ ਜਵਾਬ ਦਿੱਤਾ, ਦਿਨੇ ਦਾ ਜਵਾਬ ਦੇਣੇ ਕੀ ਸੀ, ਪਰ ਉਹਨਾਂ ਦੀ ਇੰਨੀ OPD ਸੀ। ਪਹਿਲਾਂ ਸਾਡੇ OPD 80-70 ਹੁੰਦੀ 2018 'ਚ, ਜਦੋਂ ਸਾਡੇ ਡਾਕਟਰ ਆਰਥੋ ਦੇ ਪ੍ਰਦੀਪ ਬਾਂਸਲ ਜੀ ਆਏ, ਉਦੋਂ ਬਾਅਦ ਸਾਡੇ 400+ ਦੀ OPD ਸੀ ਇੱਥੇ। ਸਾਡੀ ਮੰਗ ਇਹ ਹੈ ਜੋ ਡਾਕਟਰ ਪ੍ਰਦੀਪ ਨੂੰ ਅਸੀਂ ਲਿਆਉਣ ਦੀ ਪਰਜੋਰ ਮੰਗ ਕਰਦੇ ਹਾਂ, ਦੂਸਰਾ ਜੇ ਉਹ ਸਟਾਫ ਉਹਨਾਂ ਨਾਲ ਨਹੀਂ ਕੋਪਰੇਟ ਕਰਦਾ, ਅਸੀਂ ਪਿੰਡ ਵੱਲੋਂ ਉਹਨਾਂ ਦੇ ਕਾਰਵਾਈ ਕਰਾ ਕੇ ਉਹਨਾਂ ਦੀ ਬਦਲੀ ਕਰਾਉਣ ਦਾ ਅਸੀਂ ਮੰਗ ਕਰਦੇ। ਅਦਰਵਾਈਜ਼ ਸਰਕਾਰ ਜਾਂ ਵਿਭਾਗ ਵੱਲੋਂ ਤੁਹਾਡੀ ਇਹ ਮੰਗ ਨਹੀਂ ਮੰਨੀ ਜਾਂਦੀ, ਤੁਸੀਂ ਅਗਲਾ ਤੁਹਾਡਾ ਕੀ ਹੋਊਗਾ?
ਅਗਲਾ ਅਸੀਂ ਜੇ ਉਹ ਹੋਇਆ ਪਿੰਡ ਦੇ ਸਾਰੇ ਮੋਹਤਵਾਰ ਸੱਜਣ ਜਾਂ ਪਿੰਡ ਦੇ ਕੋਈ ਵਿਦਵਾਨਤੇ ਸੱਜਣ ਜੋ ਆਪਣੇ ਹਸਪਤਾਲ ਨੂੰ ਬਰੂਹਾਂ 'ਤੇ ਲੈ ਕੇ ਜਾਣਾ ਚਾਹੁੰਦੇ ਆ, ਉਹਨਾਂ ਨੂੰ ਅਸੀਂ ਉਹ ਜਿਵੇਂ ਉਹ ਕਹਿਣਗੇ ਸਾਰਿਆਂ ਸਹਿਮਤੀ ਨਾਲ ਅਸੀਂ ਉਹ ਸਟੈਪ ਲਵਾਂਗੇ ਅਤੇ ਅੱਗੇ ਕਾਰਵਾਈ ਆਪਦੀ ਸਾਰੇ ਸੋਚ ਸਮਝ ਕੇ ਪਿੰਡ ਦੇ ਲੋਕਾਂ ਨਾਲ ਸਹਿਮਤ ਆ, ਜਿਵੇਂ ਕਹਿਣਗੇ ਉਹ ਫਤਵਾ ਅਸੀਂ ਅੱਗੇ ਜਾਵਾਂਗੇ। ਪੇਸ਼ੈਂਟ ਇਲਾਜ ਕਰਾਉਂਦੇ ਸੀ, ਬਹੁਤ ਅੱਛੇ ਡਾਕਟਰ ਸੀ ਅਤੇ ਬਹੁਤ ਚੰਗਾ ਉਹਨਾਂ ਦਾ ਓਪੀਡੀ ਸੀ ਅਤੇ ਇੱਥੇ ਸੈਂਟਰ ਯੂਨੀਵਰਸਿਟੀ ਘੁੱਦਾ ਦੀ ਹੈ, ਬੱਚੇ ਪੜ੍ਹੇ ਲਿਖੇ ਸਾਰੀਆਂ ਸਟੇਟਾਂ ਤੋਂ ਇੱਥੇ ਆ ਰਹੇ ਨੇ। ਇਹਦਾ ਇੱਕ ਨਾਂ ਸੀ ਉਹਨਾਂ ਦੇ ਕਾਰਨ, ਪ੍ਰਦੀਪ ਡਾਕਟਰ ਦੇ ਨਾਂ ਦੇ ਕਾਰਨ ਘੁੱਦੇ ਦਾ ਨਾਂ ਪੈਂਦਾ ਸੀ। ਅੱਛੇ ਡਾਕਟਰ ਸੀ, ਇਹਨਾਂ ਅੱਛੇ ਡਾਕਟਰਾਂ ਦੀ ਸਾਨੂੰ ਮੰਗ ਹੈ ਇੱਥੇ ਚੰਗੇ ਤੋਂ ਚੰਗੇ ਡਾਕਟਰ ਭੇਜੇ ਜਾਣ, ਕਿਉਂਕਿ ਬੱਚੇ ਬਾਹਰਲੇ ਆਏ ਨਾ, ਉਹਨਾਂ ਨੂੰ ਬਹੁਤ ਤਕਲੀਫ ਹੈ ਕੋਟਿਆਂ ਤੋਂ। ਪੰਜਾਬ ਦੇ ਮੁੱਖ ਮੰਤਰੀ ਤੋਂ ਕੀ ਮੰਗ ਕਰਦੇ ਹੋ? ਪੰਜਾਬ ਦੇ ਮੁੱਖ ਮੰਤਰੀ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਘੁੱਦੇ ਦੇ ਸਟਾਫ ਦੇ ਵਿੱਚ ਚੰਗਾ ਸਟਾਫ ਦਿੱਤਾ ਜਾਵੇ, ਤੁਸੀਂ ਆਉਂਦੇ ਹੋ ਵੀ ਅਸੀਂ ਮਤਲਬ ਚੰਗੀ ਸਿਹਤ ਸਿੱਖਿਆ ਦੇ ਰਹੇ ਹਾਂ, ਸਾਨੂੰ ਸਿਹਤ ਸਿੱਖਿਆ ਦੇ ਵਿੱਚ ਕਮਜ਼ੋਰੀ ਲੱਗਦੀ ਪਿੰਡ ਘੁੱਦਾ 'ਚ, ਕਿਉਂਕਿ ਬੱਚੇ ਬਾਹਰੋਂ ਆਏ ਨਾ ਉਹ ਵੀ ਫੀਲ ਕਰਦੇ ਨਾ ਵੀ ਚੰਗੇ ਤੋਂ ਚੰਗੇ ਡਾਕਟਰ ਦਿੱਤੇ ਜਾਣ, ਡਾਕਟਰ ਪ੍ਰਦੀਪ ਦੀ ਜੋ ਪ੍ਰੋਬਲਮ ਹੈ ਉਹਦੀ ਸੁਣ ਕੇ ਇੱਥੇ ਲਿਆਂਦਾ ਜਾਵੇ ਵੀ ਕੀ ਗੱਲ। ਅਸੀਂ ਇਹ ਤੁਹਾਡਾ ਧੰਨਵਾਦੀ ਹੋਵਾਂਗੇ ਜੇਕਰ ਤੁਹਾਡੀ ਮੰਗ ਨਾ ਮੰਨੀ ਜਾਂਦੀ ਤਾਂ। ਅਗਲਾ ਸਾਡੀ ਨਾ ਮੰਗ ਮੰਨੀ ਆ ਵੀ ਅਸੀਂ ਬਾਦਲ ਰੋਡ ਦੇ ਧਰਨਾ ਵੀ ਲਾਵਾਂਗੇ, ਸਾਰੀਆਂ ਭਗਵੰਤ ਸਿੰਘ ਮਾਨ ਨੂੰ ਵੀ ਅਸੀਂ ਹੁਣ ਬੇਨਤੀ ਕਰੀ ਨੇ, ਬਹਿੰਡਾ CM ਨੂੰ ਬੇਨਤੀ ਕਰਦੇ ਹਾਂ ਅਸੀਂ ਵੀ ਉਹ ਆ ਕੇ ਆ ਬਹਿੰਡਾ CM ਉਹ ਸਾਰਾ ਐਕਸ਼ਨ ਲਵੇ, ਕੀ ਗੱਲਬਾਤ ਆ, ਕਿਉਂ ਬਦਲੀ ਹੋਈ, ਸਾਰੇ ਪਿੰਡ ਦੇ ਬੰਦਿਆਂ ਨੂੰ ਸਾਨੂੰ ਬਹੁਤ ਦੁੱਖ ਹੈ ਡਾਕਟਰ ਪ੍ਰਦੀਪ ਦੀ ਬਦਲੀ ਦਾ। ਇਹਨਾਂ ਪਿੰਡ ਵਾਸੀਆਂ ਨੇ, ਇਕੱਠੇ ਹੋਏ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਘੁੱਦਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰ ਪ੍ਰਦੀਪ ਦੀ ਦੁਬਾਰਾ ਤਾਇਨਾਤੀ ਕੀਤੀ ਜਾਵੇ ਤਾਂ ਜੋ ਕਿ ਇਸ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮਿਲ ਸਕਣ।